ਮੈਨੂੰ ਕਹਿੰਦੇ ਆ ਸ਼ਰਿਆ ਮਾਰਨਾ ਤਾਂ ਕਾਰ ਹੈ ਜੀ ਕੁਛ ਤਾਂ ਕਰ ਲਈ ਆ ਆ ਬਿਲ ਵੀ ਇਸ ਦਾ ਗੁਰਕਾ ਸਾਹਿਬ ਕੋਲ ਅੰਦਰ ਕੀ ਪੰਜਾਬ ਪੁਲਿਸ ਜ਼ਿੰਦਾਬਾਦ ਪੰਜਾਬ ਪੁਲਿਸ ਜ਼ਿੰਦਾਬਾਦ ਪੰਜਾਬ ਪੁਲਿਸ ਜ਼ਿੰਦਾਬਾਦ ਐਸਾ ਜੋ ਕਮਾਣ ਜ਼ਿੰਦਾਬਾਦ ਐਸਾ ਜੋ ਕਮਾਣ ਜ਼ਿੰਦਾਬਾਦ ਪੰਜਾਬ ਪੁਲਿਸ ਜ਼ਿੰਦਾਬਾਦ ਅੱਜ ਅਸੀਂ ਸਾਰੇ ਇੱਥੇ ਬਾਬਾ ਸੁੰਦਰ ਸ਼ਾਹ ਦੀ ਜਗ੍ਹਾ ਦੇ ਇਕੱਠੇ ਹੋਏ ਹਾਂ ਪਿੰਡ ਖਜਾਲਾ ਵੱਲੋਂ। ਇੱਥੇ ਲਗਭਗ ਇੱਕ ਮਹੀਨਾ ਹੋ ਗਿਆ ਵਾ ਇੱਥੇ ਜਿਹੜਾ ਬੰਦਾ ਨਜਾਇਜ਼ ਤੌਰ 'ਤੇ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਰੇ ਇਲਾਕੇ ਨੂੰ ਪਤਾ, ਪਿੰਡ ਨੂੰ ਪਤਾ, ਲੋਸ ਵੀ ਕਰਾਈ ਸੀ ਅੱਜ ਤੋਂ 3-4 ਦਿਨ ਪਹਿਲਾਂ। ਸਾਰੇ ਪਿੰਡ ਇਕੱਠਾ ਹੋਇਆ ਸੀ, ਇਹਦੇ ਖਿਲਾਫ਼ ਕੰਪਲੇਂਟ ਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੋਈ ਸੀ, ਇਹਨੇ ਗੋਲਕ ਤੋੜ ਲਈ ਸੀ। ਇਹ ਅੱਜ ਕੁਝ ਨਿਹੰਗ ਲੈ ਕੇ ਅਤੇ ਇੱਥੇ ਜ਼ਮੀਨ ਜਿਹੜੀ ਜਗ੍ਹਾ ਵਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਕਬਜ਼ਾ ਕਰਨ ਵਾਸਤੇ ਆਏ ਆ। ਇਸ ਬੰਦੇ ਨੇ ਇੱਥੇ ਜਿਹੜੀ ਆ ਪਤਾ ਨਹੀਂ ਗ੍ਰੰਥ ਕੋਈ ਰਮਾਇਣ ਹੈ ਸ਼ਾਇਦ ਰੱਖੀ ਹੋਈ ਆ, ਉਸ ਦੇ ਨਾਲ ਜਿਹੜੇ ਗੁਰੂ ਆਪਣੇ ਜੋ ਪੋਤੀਆਂ ਨੇ ਗੁਟਕਾ ਸਾਹਿਬ ਨਿਤਨੇਮ ਦੀਆਂ ਜਪਜੀ ਸਾਹਿਬ ਦੀਆਂ ਅੰਦਰ ਰੱਖੀਆਂ ਵਾ, ਜੋ ਕਿ ਮੌਕੇ 'ਤੇ ਮਿਲੀਆਂ ਵਾ। ਜਦੋਂ ਵੇਖੀਆਂ ਇੰਨੀ ਉਹਨਾਂ ਦੀ ਹਾਲਤ ਤਰਸਯੋਗ ਸੀ ਵੀ ਦਿਲ ਜਿਹੜਾ ਵਾ ਰੋਣ ਡਿਆ ਵਾ ਵੀ ਇੰਨੀ ਬੇਅਦਬੀ ਹੋ ਰਹੀ ਅੰਦਰ, ਅਤੇ ਨਗਰ ਨੂੰ ਪਤਾ ਹੀ ਨਹੀਂ ਲੱਗਾ ਵੀ ਇੱਥੇ ਅੰਦਰ ਕੀ ਹੋ ਰਿਹਾ ਸੀਗਾ। ਦੱਸੋ ਅੱਜ ਸਗੋਂ ਉਲਟਾ ਇਹ ਬਾਹਰੋਂ ਨਿਹੰਗ ਲਿਆ ਕੇ ਇਹਨੇ ਇੱਥੇ ਜਿਹੜੀ ਜ਼ਮੀਨ ਵਾ ਇੱਥੇ ਜਿਹੜੀ ਜਗ੍ਹਾ ਵਾ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਨਾਲ ਹੀ ਇਹਨੇ ਪਰਸੋਂ ਗੋਲਕ ਵੀ ਤੋੜੀ ਆ, ਅਤੇ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਵੀ ਜਿਹੜਾ ਵੀ ਬੰਦਾ ਸਾਡੇ ਗਾੜੀ ਆਊਗਾ ਅਸੀਂ ਉਹਨੂੰ ਮਾਰ ਦਾਂਗੇ। ਸ਼ਿਕਾਇਤ ਕੀਤੀ ਆ ਜੀ, ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਇਸ ਆਪਾਂ ਜੀ ਲਾਗੇ ਸਾਡੇ ਗੁਰਦੁਆਰਾ ਆਪਣਾ ਜਨਮ ਸਥਾਨ ਬਾਬਾ ਰਾਮ ਥੰਮਣ ਜਿੱਥੇ ਉਹਨਾਂ ਤਪੱਸਿਆ ਕੀਤੀ, ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਦਮਦਮੀ ਟਕਸਾਲ ਦੇ, ਅੱਜ ਉਹਨਾਂ ਨੂੰ ਬੁਲਾਇਆ ਸੀ, ਉਹ ਵੀ ਇੱਥੇ ਆਣ ਕੇ ਆਪਣੀ ਵੇਖ ਕੇ ਬਿਲਕੁਲ ਸ਼ਿਕਾਇਤ ਕਰਾਂਗੇ। ਇਹਨੂੰ ਕਿਉਂ ਨਹੀਂ ਕਰਾਂਗੇ, ਅਸੀਂ ਹੁਣ ਇਕੱਠੇ ਹੋ ਗਏ ਐਸ ਐਸ ਪੀ ਨੂੰ ਜਿੱਥੇ ਵੀ ਉਹਨੂੰ ਜਾਣਾ ਪਿਆ, ਜਿਹੜੀ ਵੀ ਕਾਰਵਾਈ ਕਰਨ ਦੀ ਲੋੜ ਜ਼ਰੂਰਤ ਹੋ ਜੇ ਪੀ ਆਪਾਂ ਬਿਲਕੁਲ ਕਰਾਂਗੇ ਜੀ, ਅਸੀਂ ਜਾਵਾਂਗੇ ਹੁਣ ਬਿਲਕੁਲ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਸ ਬੰਦੇ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜਾ ਜਗ੍ਹਾ ਦੇ ਉੱਤੇ ਚੜਾਵਾ ਚੜਦਾ ਸੀਗਾ ਉਹ ਚੜਾਵੇ ਨੂੰ ਵੀਰਵਾਰ ਦੇ ਵੀਰਵਾਰ ਜਦੋਂ ਸਾਰੀ ਸੰਗਤ ਮੱਥਾ ਟੇਕ ਕੇ ਚਲੇ ਜਾਂਦੀ ਸੀਗੀ, ਰਾਤ ਨੂੰ ਇਕੱਠਾ ਕਰਕੇ ਤੇ ਆਪਣੇ ਘਰੇ ਲਿਆ ਜਾਂਦਾ ਸੀਗਾ। ਇਹਨੇ ਨਜਾਇਜ਼ ਕਬਜ਼ਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਆ, ਰਾਤ ਦੇ ਹਨੇਰੇ ਦੇ ਵਿੱਚ ਇਹਨੇ ਕਮਰੇ ਦੀ ਹਾਲਤ ਤੁਸੀਂ ਵੇਖੋ, ਜਿਹੜੇ ਕਮਰੇ ਦੇ ਵਿੱਚ ਇਹਨੇ ਰਮਾਇਣ ਦਾ ਕੋਈ ਗ੍ਰੰਥ ਰੱਖਿਆ ਆ, ਨਾਲ ਗੁਰਕਾ ਸਾਹਿਬ ਰੱਖੇ ਆ, ਉੱਥੇ ਰੱਖ ਕੇ ਇਹਨੇ ਤੇ ਮਤਲਬ ਇੱਥੇ ਇੱਕ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਪਿੱਛੇ ਜੀ ਇਹਨੇ ਤੁਸੀਂ ਵੇਖੋਗੇ ਜਾ ਕੇ ਵੀ ਧੂਣੀ ਲਾਈ ਹੋਈ ਆ, ਚੁੰਮਟੇ ਗੱਡੇ ਹੋਏ ਆ, ਇਹ ਚੁੰਮਟਿਆਂ ਦੇ ਨਾਲ ਭੂਤ ਕੱਢਦਾ ਵਾ ਜੀ ਲੋਕਾਂ ਦੇ, ਤੇ ਹੋਰ ਇਸ ਤੋਂ ਵੱਧ ਜਿਹੜਾ ਵਾ ਇਹਦੇ ਕੋਲ ਹੈ ਕੁਛ ਨੀ ਗਾ। ਮੇਨ ਜਿਹੜਾ ਮੁੱਦਾ ਵਾ ਨਿਹੰਗ ਸਿੰਘਾਂ ਦਾ ਬੜਾ ਪਾਇਆ ਹੋਇਆ ਵਾ ਜੀ, ਤੇ ਬੈਠਾ ਪੀਰਾਂ ਦੀ ਜਗ੍ਹਾ ਤੇ ਆ। ਇਹਨੇ ਪਹਿਲਾਂ ਤੇ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਜੀ, ਇਹ ਸਾਡੀ ਬਹੁਤ ਪੁਰਾਣੀ ਜਗ੍ਹਾ ਪੀਰਾਂ ਦੀ, ਮਤਲਬ ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਪੀਰਾਂ ਦੀ ਜਗ੍ਹਾ ਆ। ਪਹਿਲਾਂ ਤੇ ਇਹਨੇ ਨਿਹੰਗ ਸਿੰਘ ਲਿਆ ਕੇ ਆਪਣੇ ਹੀ ਤੱਕ ਦੱਸਿਆ ਵੀ ਆਪਣੇ ਜਿਹੜੇ ਰਿਸ਼ਤੇਦਾਰ ਆ, ਤੇ ਇੱਥੇ ਪਿੱਛੇ ਜਿਹੜਾ ਆ ਨਿਸ਼ਾਨ ਸਾਹਿਬ ਜਿਹੜਾ ਵਾ ਨਿਹੰਗ ਸਿੰਘਾਂ ਦਾ ਲਾਇਆ ਹੋਇਆ ਵਾ। ਉਹ ਤੋਂ ਬਾਅਦ ਇਹਨੇ ਹੁਣ ਕੀ ਕੀਤਾ ਵਾ ਵੀ ਇਹ ਗ੍ਰੰਥ ਲਿਆ ਕੇ ਤੇ ਇੱਧਰ ਮਤਲਬ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਇਹਨੇ ਉਹ ਗ੍ਰੰਥ ਸਾਹਿਬ ਰੱਖਿਆ ਹੋਇਆ ਵਾ। ਸਾਡੇ ਕੋਲ ਵੀਡੀਓ ਆ, ਪੋਥੀਆਂ ਰੱਖੀਆਂ ਹੋਈਆਂ ਨੇ, ਸਾਡੇ ਕੋਲ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਅੰਦਰ ਕੋਈ ਚੰਨ ਨਹੀਂ ਆ, ਚੂਹੇ ਭੱਜੇ ਫਿਰਨ ਡੇ ਆ, ਔਰ ਅੰਦਰ ਉਹ ਪੋਥੀਆਂ ਤੇ ਗ੍ਰੰਥ ਦੀ ਬੇਅਦਬੀ ਹੋ ਰਹੀ ਆ। ਜੇ ਆਪਾਂ ਕੋਈ ਗੱਲ ਕਰਦੇ ਸੀਗੇ ਤੇ ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ, ਹੁਣ ਤੇ ਇਹ ਆ ਕਿ ਤੁਸੀਂ ਵੀ ਰਿਕਾਰਡ ਕੀਤਾ, ਸਾਰਾ ਕੁਛ ਦੇਖ ਲਿਆ ਵਾ ਵੀ ਇੱਥੇ ਕੀ ਹਾਲਤ ਆ ਤੇ ਕਿਉਂ ਆਪਾਂ ਮਤਲਬ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਇਹਨੂੰ ਰੋਕ ਰਹੇ ਸੀ। ਅਸੀਂ ਸਜ਼ਾ ਦੀ ਮੰਗ ਕਰਦੇ ਜੀ, ਇਹਨੂੰ ਸਜ਼ਾ ਦਿੱਤੀ ਜਾਵੇ, ਬਣਦੀ ਸਜ਼ਾ ਦਿੱਤੀ ਜਾਵੇ। ਦਾਸ ਨੂੰ ਹੁਣ ਜਾਂਦਾ ਹੈ ਪ੍ਰਬੰਧਕ ਜਣਾ ਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਆਓ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਜਗ੍ਹਾ ਦਾ ਬਹੁਤ ਹੀ ਭਾਰੀ ਰੌਲਾ ਜੋ ਪੈ ਰਿਹਾ ਸੀਗਾ। ਵੇਖੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁੰਦਰ ਗੁਟਕਾ ਸਾਹਿਬ, ਬੁੱਢਾ ਦਲ ਦੇ ਗੁਟਕਾ ਸਾਹਿਬ ਅਤੇ ਹੋਰ ਕਈ ਗੁਟਕਾ ਸਾਹਿਬ, ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਕਿ ਬੜੀ ਹੀ ਮਾੜੀ ਦਸ਼ਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਹਨ। ਲਾਗੇ ਚੂਹੇ ਅਤੇ ਉਹਨਾਂ ਦੀਆਂ ਬਿੱਠਾਂ ਅਤੇ ਗੰਦਗੀ,
ਅਤੇ ਨਾਲ ਹੀ ਕਈ ਅਜਿਹਾ ਸਾਜੋ ਸਮਾਨ ਰੱਖਿਆ ਹੋਇਆ ਹੈ ਜੋ ਕਿ ਗੁਟਕਾ ਸਾਹਿਬ ਦੀ ਥਾਂ ਰੱਖਣ ਵਾਸਤੇ ਨਹੀਂ ਹੈ। ਸੋ ਇੱਕ ਗੁਟਕਾ ਸਾਹਿਬ ਦਾ ਜਿੱਥੇ ਕਿ ਬਹੁਤ ਹੀ ਜ਼ਿਆਦਾ ਭਾਰੀ ਨਿਰਾਦਰ, ਦੂਸਰੇ ਪਾਸੇ ਕਿਸੇ ਵੀ ਧਰਮ ਦਾ ਜੋ ਹੈ ਗ੍ਰੰਥ ਹੋਵੇ ਅਸੀਂ ਸਾਰੇ ਜਣੇ ਉਹਦਾ ਸਤਿਕਾਰ ਕਰਦੇ ਹਾਂ, ਉਸ ਗ੍ਰੰਥ ਦਾ ਵੀ ਨਿਰਾਦਰ ਭਾਰੀ ਇਸ ਨਿਹੰਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਦੇਖੋ ਪੰਚਾਇਤ ਵੱਲੋਂ ਜਿੱਥੇ ਲਿਖਤੀ ਕੀਤੀ ਗਈ ਹੈ ਸ਼ਿਕਾਇਤ, ਉੱਥੇ ਅਸੀਂ ਸਾਰੇ ਦਲਾਂ ਪੰਥਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਬਣਦੀ ਕਾਰਵਾਈ ਇਸ ਨਿਹੰਗ ਸਿੰਘ ਦੇ ਉੱਪਰ ਕੀਤੀ ਜਾਵੇ, ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਸੇਧ ਮਿਲ ਸਕੇ ਕਿ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ। ਜਗਰੂਪ ਸਿੰਘ ਜੀ, ਜਗਰੂਪ ਸਿੰਘ ਜੀ, ਕਿਹੜੇ ਪਿੰਡ ਦਾ ਮਸਲਾ ਹੈ ਤੇ ਕਿਹੜੀ ਗੱਲ ਅੰਦਰ ਤੁਸੀਂ ਵੇਖਿਆ ਕੀ ਮਿਲਿਆ? ਇੱਕ ਜਾਲੇ ਪਿੰਡ ਦਾ ਮਸਲਾ ਅੰਦਰ ਪੋਥੀਆਂ ਵਾ, ਬਿਰਧ ਤੇ ਇੱਕ ਕੋਈ ਵਾਲਮੀਕੀ ਗ੍ਰੰਥ ਆ, ਤੇ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚ ਗਿਆ, ਸਾਰਾ ਪਿੰਡ ਵੀ ਪਹੁੰਚਿਆ, ਪਿੰਡ ਵਾਲੇ ਵੀ ਇਤਰਾਜ਼ ਕਰਦੇ ਆ, ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਮਤਲਬ ਨੌਲੇਜ 'ਚ ਮਸਲਾ ਆ ਗਿਆ ਵਾ, ਇਹ ਸਾਰਾ ਉਹਨਾਂ ਨੇ ਆਪਾਂ ਮੀਟਿੰਗ ਕਰਕੇ ਜਾਂ ਪੁਲਿਸ ਕੀ ਕਾਰਵਾਈ ਕਰਦਾ ਉਹ ਅਗਲੀ ਜਿਹੜੀ ਆਪਣੇ ਸਾਰੀ ਦਿੱਤੀ ਜਾਊ। ਪੋਥੀਆਂ ਤੁਸੀਂ ਕਿਸ ਤਰ੍ਹਾਂ ਹਾਲਤ ਪੋਥੀਆਂ ਜਿਹੜੀਆਂ ਜ਼ਿਆਦਾ ਜ਼ਖਮੀ ਹਾਲਤ ਬਿਰਧ ਆ ਜ਼ਿਆਦਾ ਪੋਥੀਆਂ, ਉਹ ਤਾਂ ਵੇਖੋ ਬੜੇ ਚਿਰ ਦੀਆਂ ਸਮੇਂ ਦੀਆਂ ਪਈਆਂ, ਉਹ ਤਾਂ ਜੋ ਵੀ ਪ੍ਰਸ਼ਾਸਨ ਵੇਖੋ ਜੇ ਨਾ ਵੀ ਕਾਰਵਾਈ ਕਰੋ ਫਿਰ ਵੇਖਾਂਗੇ ਆਪਣੇ ਨੂੰ ਕਰਵਾਈ ਜਾਏਗਾ। ਹਾਂਜੀ ਹਾਂਜੀ, ਧਿਰਾਂ ਦਾ ਅੱਜ ਝਗੜਾ ਹੋਇਆ ਵਾ, ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਵੀ ਕੀ ਝਗੜਾ ਹੋਇਆ ਤੇ ਕਿਉਂ ਹੋਇਆ। ਕਿਤੇ ਗੁਟਕਾ ਸਾਹਿਬ ਮਿਲੇ ਜਿਹੜੇ ਬੇਦਬੀ ਹੋਏ ਉਹਨਾਂ ਦੀ? ਨਹੀਂ ਮੈਂ ਨਹੀਂ ਵੇਖੇ ਨਾ ਗੁਟਕਾ ਸਾਹਿਬ ਵੇਖੇ ਨਾ ਬੇਦਬੀ ਹੋਈ ਕੋਈ ਇੱਥੇ ਜੀ।